할렐루야! 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 여러분께 좀 질리게 ਪ੍ਰਭੂ ਤੋਂ ਬਾਹਰ ਹੋ ਕੇ ਕੀ ਮਿਲਿਆ ਤਾਂ ਹੁਣ ਯਸੂ ਜੀ ਦੇ ਵਿੱਚ ਜਾਣ ਕੇ ਤਾਂ ਸੰਤਾਂ ਨੇ ਫਿਰ ਕੀ ਮਿਲਿਆ ਕੀ ਸਾਨੂੰ ਮਿਲਿਆ ਪੂਰੀ ਗੁਆਚ ਦੱਸੋ ਮੇਰਾ ਨਾਮ ਮਾਇਕਲ ਹਰਮਿੰਦਰ ਸਿੰਘ ਹੈ ਮੈਂ ਪਿੰਡ ਸਾਂਝੇ ਦਾ ਰਹਿਣ ਵਾਲਾ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰਿਆਂ ਨੂੰ ਮੰਨਿਆ ਕੋਈ ਵੀ ਐਸਾ ਗੁਰਤੀ ਨਹੀਂ ਆ ਕੋਈ ਦੇਵੀ ਦੇਵਤਾ ਨਹੀਂ ਆ ਜਿਹਨੂੰ ਮੈਂ ਨਹੀਂ ਮੰਨਿਆ ਬਚਪਨ ਤੋਂ ਮੰਨਦਾ ਔਰ ਜਦ ਮੇਰੇ ਤੇ ਇੰਨੀਆਂ ਮੁਸੀਬਤਾਂ ਆਈਆਂ ਕਿ ਹੱਦ ਤੋਂ ਜ਼ਿਆਦਾ ਜ਼ਿਆਦਾਤਰ ਮੇਰੀ ਵਾਈਫ ਦੇ ਉੱਤੇ ਬਹੁਤ ਸਾਰੀਆਂ ਮੁਸੀਬਤਾਂ ਆਈਆਂ ਮੈਂ ਬਹੁਤ ਹੀ ਜ਼ਿਆਦਾ ਪਰੇਸ਼ਾਨ ਸੀਗਾ ਮੈਂ ਸਵੇਰੇ ਉੱਠ ਕੇ ਪਤਨੀ ਸਾਹਿਬ ਦਾ ਪਾਠ ਕੋਈ ਵੀ ਐਸਾ ਪਾਠ ਨਹੀਂ ਛੱਡਿਆ ਫਿਰ ਤੇਰਾਂ ਤੇਰਾਂ ਜੋਤਾਂ ਮੈਂ ਸਵੇਰ ਨੂੰ ਉੱਠ ਕੇ ਜਗਾਉਂਦਾ ਰਿਹਾ ਲੇਕਿਨ ਜਦੋਂ ਮੇਰੇ ਕੋਲ ਮੁਸੀਬਤ ਆਉਂਦੀ ਉਹ ਜੋਤਾਂ ਵੀ ਕੰਮ ਨਹੀਂ ਸੀ ਕਰਦੀਆਂ ਕੁਛ ਨਹੀਂ ਦਿੰਦਾ ਇੱਕ ਦਿਨ ਮੀਡੀਆ ਦਾ ਬੰਦਾ ਰਾਜਪੁਰਾ ਜੀ ਮੇਰੇ ਪਾਸ ਆਏ ਕਹਿੰਦੇ ਤੁਸੀਂ ਨੰਬਰ ਦਾ ਮੈਂ ਕਿਹਾ ਹਾਂਜੀ ਕਹਿੰਦੇ ਤੁਹਾਡੀ ਇੰਟਰਵਿਊ ਲੱਗੀ ਆ ਮੈਂ ਕਿਹਾ ਲੈ ਲਓ ਇੰਟਰਵਿਊ ਤੋਂ ਬਾਅਦ ਉਹ ਚੱਲਣ ਲੱਗੇ ਮੈਂ ਕਿਹਾ ਯਾਰ ਬੈਠ ਮੈਂ ਚਾਹ ਬਣਾਉਂਦਾ ਇਹ ਤਾਂ ਤੁਸੀਂ ਚਾਹ ਬਣਾਉਣੀ ਮੈਂ ਕਿਹਾ ਹੋਰ ਕਹਿੰਦੇ ਬਣਾਉਣੀ ਆ ਯਾਰ ਬਾਈ ਮੈਨੂੰ ਜੇ ਤੇ ਪਈ ਆ ਕਹਿੰਦੇ ਜੇ ਤੁਹਾਨੂੰ ਕੋਈ ਇਲਾਜ ਇਹਦਾ ਤੇ ਠੀਕ ਹੋ ਜਾਵੇ ਤੁਸੀਂ ਕਹਿੰਦੇ ਪਹਿਲਾਂ ਆਪਣਾ ਜੋਰ ਲਾ ਲਓ ਫਿਰ ਮੈਂ ਉਹਨਾਂ ਨੂੰ ਦੱਸੂੰਗਾ ਕਿੱਥੇ ਜਾਣਾ ਮੈਂ ਕਿਹਾ ਚੱਲ ਤੂੰ ਐਡਰੈਸ ਦੇ ਦੇ ਮੇਰੇ ਕੋਲ ਐਡਰੈਸ ਉਹਨਾਂ ਨੇ ਮੇਰੇ ਕੋਲ ਦੇ ਦਿੱਤਾ ਆਪਣਾ ਨੰਬਰ ਵੀ ਦੇ ਦਿੱਤਾ ਉਹ ਚਲਾ ਗਿਆ ਜਾਣ ਤੋਂ ਬਾਅਦ ਮੈਂ ਵਾਈਫ ਨਾਲ ਗੱਲ ਕੀਤੀ ਮੈਂ ਕਿਹਾ ਇੰਨੇ ਤਾਂ ਦੱਸ ਕੇ ਗਏ ਹਾਂ ਤੇ ਫਿਰ ਕਹਿੰਦੀ ਮੈਂ ਹੁਣੇ ਹੀ ਜਾਣਾ ਮੈਂ ਕਿਹਾ ਤੂੰ ਰੁਕ ਜਾ ਕੱਲ੍ਹ ਨੂੰ ਚਲਾਂਗੇ ਨਹੀਂ ਕਹਿੰਦੀ ਮੈਂ ਤਾਂ ਹੁਣੇ ਹੀ ਜਾਣਾ ਮੈਂ ਗੱਡੀ ਸਟਾਰਟ ਕੀਤੀ ਮੈਂ ਜਦ ਬੈਠ ਗਈ ਰਾਜਕੁਮਾਰ ਫੋਨ ਕੀਤਾ ਰਾਜਕੁਮਾਰ ਕਹਿੰਦਾ ਚਾਹ ਰੁਕ ਜਾ ਮੈਂ ਪਹਿਲਾਂ ਸੰਤ ਨੂੰ ਪੁੱਛਦਾ ਸੰਤ ਹੈਗੀ ਵੀ ਆ ਘਰ ਮੈਂ ਚਲੋ ਇਹ ਮੰਨੀ ਨੇ ਕਹਿੰਦੀ ਚਲੋ ਜੀ ਅਸੀਂ ਜਲੰਧਰ ਰੋਡ ਤੇ ਪਹੁੰਚੇ ਤਾਂ ਰਾਜਕੁਮਾਰ ਜੀ ਦਾ ਫੋਨ ਆ ਗਿਆ ਕਹਿੰਦੇ ਵੀ ਅੱਜ ਸੰਤ ਭਵਨ 'ਚ ਨਹੀਂ ਆ ਪਹੁੰਚਿਆ ਉਹਦਾ ਉਹਨਾਂ ਨੇ ਕਿਹਾ ਕੱਲ੍ਹ 10 ਵਜੇ ਅਸੀਂ ਪਿਛਲੇ ਦਿਨ 10 ਵਜੇ ਆਏ ਉਸ ਦਿਨ ਤੋਂ ਅੱਜ ਹੋਰ ਕੱਲ੍ਹ ਹੋਰ ਕਾਫੀ ਫਰਕ ਪੈ ਗਿਆ ਸਾਨੂੰ ਹੁਣ ਤੁਹਾਡੇ ਸਾਹਮਣੇ ਬੈਠੀ ਆ ਜਿਹੜੀ ਕਿ ਫੜ ਕੇ ਬਾਥਰੂਮ ਜਾਣਾ ਫੜ ਕੇ ਸਭ ਹਰੇਕ ਜਗ੍ਹਾ ਲੈ ਕੇ ਜਾਣਾ ਮੈਂ ਸਾਰੇ ਕੰਮ ਛੱਡ ਦਿੱਤੇ ਸੀ ਇਹਨੂੰ ਇੱਕ ਘਰ ਦੇ ਵਿੱਚ ਕਿਤੇ ਬਾਥਰੂਮ ਜਾਣਾ ਅਤੇ ਇਹਨੂੰ ਫੜ ਕੇ ਲਿਆਉਣਾ ਆਪਣੇ ਆਪ ਯਾਦ ਨਹੀਂ ਸੀ ਲੱਗਦੀ ਇੰਨਾ ਮੰਦਾ ਫਿਰ ਭੂਤਾਂ ਪ੍ਰੇਤਾਂ ਨੇ ਕੋਈ ਇੱਦਾਂ ਦੀ ਚੀਜ਼ ਨਹੀਂ ਜਿਹੜੀ ਇਹਦੇ ਉੱਤੇ ਨਹੀਂ ਸੀ ਇਹ ਮੇਰੀ ਵੀ ਨਜ਼ਰ ਆਈ ਕਿ 15 ਅਗਸਤ 2008 ਨੂੰ ਮੇਰਾ ਐਕਸੀਡੈਂਟ ਹੋਇਆ ਉਹ ਤੋਂ ਬਾਅਦ ਮੈਨੂੰ ਘਰੋਂ ਨਹੀਂ ਨਿਕਲਣ ਦਿੰਦੇ ਕਿਉਂਕਿ ਮੇਰੀ ਨਜ਼ਰ ਕਮਜ਼ੋਰ ਇਹਦੇ ਤੋਂ ਜ਼ਿਆਦਾ ਮੇਰੀ ਨਜ਼ਰ ਕਮਜ਼ੋਰ ਸੀ ਤੇ ਜਦੋਂ ਦਾ ਮੈਂ ਇੱਥੇ ਆਉਣ ਲੱਗਾ ਜਦ ਆਉਂਦਾ ਮੈਂ ਪ੍ਰਭੂ ਦਾ ਫੋਨ ਲਾਉਣਾ ਤੇ ਬਾਈਬਲ ਮੈਂ ਇੱਥੋਂ ਲੈ ਕੇ ਗਿਆ ਤਾਂ ਮੈਂ ਕਿਹਾ ਇੱਥੇ ਦਿਖਾਈ ਨਹੀਂ ਦਿੰਦਾ ਇਹਨੇ ਕਦੋਂ ਵੀ ਦਿਖਾਈ ਨਹੀਂ ਦਿੰਦਾ ਅਸੀਂ ਕੀ ਕਰਾਂਗੇ ਇਹਨੂੰ ਪੜ੍ਹ ਕੇ ਪ੍ਰਭੂ ਚਤੁਰਮਸ਼ੀ ਕਰਕੇ ਪ੍ਰਾਰਥਨਾ ਮੈਂ ਕੀਤੀ ਕਿ ਪ੍ਰਭੂ ਜੇ ਮੈਨੂੰ ਆਪਣੇ ਲੜਨ ਲਾਇਆ ਤੇ ਕੁਛ ਹੁਣ ਮੈਨੂੰ ਦੱਸਦੀ ਮੈਂ ਕੁਛ ਪੜ੍ਹ ਨਹੀਂ ਸਕਾਂ ਇੱਕ ਦਿਨ ਇਹ ਸੂਈ ਚ ਧਾਗਾ ਪਵੇ ਛੋਟੀ ਜਿਹੀ ਸੂਈ ਮੈਂ ਕਿਹਾ ਪਰੇ ਮੇਰੇ ਕੋਲ ਬੜਾ ਇੱਧਰ ਲੈ ਕਹਿੰਦੀ ਤੁਸੀਂ ਪਾਉਣਾ ਧਾਗਾ ਮੈਂ ਬਿਨਾਂ ਇਹਨੂੰ ਕਦੋਂ ਧਾਗਾ ਪਾ ਕੇ ਅੱਜ ਮੈਂ ਬਿਨਾਂ ਇਹਨੂੰ ਤੋਂ ਬਾਈਬਲ ਪੜ੍ਹ ਸਕਦਾ ਮੈਨੂੰ ਕਿਹਾ ਕਿ ਸਾਰੇ ਖੇਤਾਂ ਦੇ ਵਿੱਚ ਜਾ ਕੇ ਆਪਣੇ ਮੈਂ 2-3 ਮੋਟਰਾਂ ਵੀ ਆ ਮੇਰੇ ਕੋਲ ਸਾਰੇ ਖੇਤਾਂ ਦੇ ਵਿੱਚ ਜਾ ਕੇ ਛਿੜਕਾਅ ਕਰਿਆ ਮੇਰੇ ਕੋਲ ਮੇਰੇ ਦਿਲ ਦੇ ਵਿੱਚ ਇੱਕ ਨਾ ਆਈ ਹੈ ਸੰਤ ਨਹੀਂ ਪਰੇਸ਼ਾਨ ਕਰ ਫਿਰ ਖੇਤਾਂ ਦੇ ਵਿੱਚ ਜਾ ਕੇ ਮੈਂ ਕੀ ਕਰਨਾ ਛਿੜਕਾਅ ਕਰਕੇ ਮੈਂ ਇੱਕ ਦਿਨ ਦਾਦਾ ਪੁੱਛਿਆ ਕਿ ਰੋਜ਼ ਜਾਣਾ ਕਹਿੰਦੀ ਪਿਆਰਾ ਕਰੋ ਪ੍ਰਭੂ ਦੀ ਆਤਮਾ ਨੇ ਵੀ ਇੱਕ ਦਿਨ ਮੇਰੇ ਕੋਲ ਬੋਲਾ ਤੁਸੀਂ ਬੰਦ ਕੀਤੀ ਇੱਕ ਦਿਨ ਮੈਂ ਨਹੀਂ ਗਿਆ ਕਹਿੰਦੇ ਤੁਸੀਂ ਬੰਦ ਕਰਤੀ ਹੈ ਮੇਰੇ ਤਾਂ ਕਾਫੀ ਦਰਖਤ ਜਿਹੜੇ ਡਿੱਗੇ ਖੜਸ ਪਿੱਛੇ ਹੋ ਗਏ ਇੱਕ ਦਿਨ ਮਜ਼ਬੂਰ ਲੱਗੇ ਕੰਮ ਕਰਨ ਤਾਂ ਮੈਨੂੰ ਕਹਿੰਦੇ ਨੰਬਰ ਦੱਸ ਦਿਓ ਤੈਨੂੰ ਪੜ੍ਹਾ ਦਿਓ ਤਾਂ ਸੁੱਕਣ ਲੱਗ ਪਿਆ ਮੈਂ ਦੱਸਿਆ ਮੈਂ ਕੀ ਕੀਤਾ ਮੇਰੇ ਦਿਮਾਗ 'ਚ ਆਇਆ ਪ੍ਰਭੂ ਨੇ ਮੇਰੇ ਦਿਮਾਗ ਦੇ ਵਿੱਚ ਕੁਛ ਪਾਇਆ ਤਾਂ ਮੈਂ ਘਰ ਤਾਂ ਪ੍ਰਾਰਥਨਾ ਕਰਦਾ ਸੀ
देखो कि जेड़े मेरे दर्द सुख ते सारे रस्ते हरे भरे ਆਈਏ ਸਾਰੇ ਦੇ ਸਾਹਮਣੇ ਮਿਲ ਕੇ ਗੱਲ ਕਰੀਏ।